ਬੰਦ ਘਰ ਚੋਂ ਮਿਲੀ ਮਹਿਲਾ ਦੀ ਲਾਸ਼, ਭੇਦ ਭਰੇ ਹਾਲਾਤਾਂ ਚ ਹੋਈ ਮੌਤ। ਖਬਰ ਨੰਗਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਘਰ ਚ ਪ੍ਰਵਾਸੀ ਮਹਿਲਾ ਦੀ ਲਾਸ਼ ਮਿਲੀ ਹੈ। ਆਸੇ ਪਾਸੇ ਦੇ ਲੋਕਾਂ ਦੇ ਵਿੱਚ ਉਸ ਵਕਤ ਹਫੜਾ ਦਫੜੀ ਮਚ ਗਈ ਜਦ ਉਹਨਾਂ ਨੂੰ ਬੰਦ ਘਰ ਚ ਪਹਿਲਾਂ ਬਦਬੂ ਆਉਂਦੀ ਹੈ ਅਤੇ ਫਿਰ ਜਦ ਤਾਲਾ ਤੋੜ ਕੇ ਉਹ ਦੇਖਦੇ ਨੇ ਤਾਂ ਘਰ ਵਿੱਚ ਇੱਕ ਪ੍ਰਵਾਸੀ ਮਹਿਲਾ ਦੀ ਲਾਸ਼ ਪਈ ਹੁੰਦੀ ਹੈ। ਹਾਲਾਂਕਿ ਇਹ ਮਹਿਲਾ ਕੁਝ ਸਮਾਂ ਪਹਿਲਾਂ ਹੀ ਇੱਕ ਵਿਅਕਤੀ ਦੇ ਨਾਲ ਇੱਥੇ ਕਿਰਾਏ ਤੇ ਰਹਿਣ ਲਈ ਆਈ ਸੀ ਅਤੇ ਹੁਣ ਲੋਕਾਂ ਨੇ ਜਦ ਦੇਖਿਆ ਘਰ ਵਿੱਚ ਤਾਂ ਉੱਥੇ ਉਸਦੀ ਲਾਸ਼ ਪਈ ਹੋਈ ਸੀ। ਮੌਕੇ 'ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ, ਪੁਲਿਸ ਪਹੁੰਚਦੀ ਹੈ, ਜਾਂਚ ਦੇ ਵਿੱਚ ਜੁੜ ਜਾਂਦੀ ਹੈ ਔਰ ਪੁਲਿਸ ਦੇ ਵੱਲੋਂ ਜੋ ਹੋਰ ਸੰਬੰਧਿਤ ਜਾਂਚ ਟੀਮਾਂ ਨੇ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ ਤਾਂ ਉਹ ਵੀ ਮੌਕੇ 'ਤੇ ਪਹੁੰਚਦੇ ਨੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਕੁਝ ਸਮਾਂ ਪਹਿਲਾਂ ਹੀ ਇਸ ਘਰ ਵਿੱਚ ਕਿਰਾਏ 'ਤੇ ਰਹਿਣ ਆਈ ਸੀ ਅਤੇ ਮਕਾਨ ਮਾਲਕਾਂ ਨੇ ਉਸਦਾ ਆਧਾਰ ਕਾਰਡ ਨਹੀਂ ਲਿੱਤਾ ਸੀ, ਜਿਸ ਤੋਂ ਉਸਦੇ ਹਜੇ ਵਾਰਿਸਾਂ ਦੀ ਪੁਸ਼ਟੀ ਨਹੀਂ ਹੋਈ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ। ਪਰ ਖਬਰ ਨੰਗਲ ਤੋਂ ਵੱਡੀ ਸਾਹਮਣੇ ਆਈ ਹੈ ਕਿ ਇੱਕ ਪ੍ਰਵਾਸੀ ਮਹਿਲਾ ਦੀ ਘਰ ਵਿੱਚ ਲਾਸ਼ ਮਿਲੀ ਹੈ ਔਰ ਪੁਲਿਸ ਫਿਲਹਾਲ ਜਾਂਚ ਦੇ ਵਿੱਚ ਜੁਟੀ ਹੋਈ ਹੈ। ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਕਿ ਕਿਹਨਾਂ ਕਾਰਨ ਕਰਕੇ ਉਸ ਮਹਿਲਾ ਦੀ ਮੌਤ ਹੋਈ ਹੈ ਔਰ ਨਾਲ ਜੋ ਵਿਅਕਤੀ ਰਹਿੰਦਾ ਸੀ ਉਸਦੇ ਉਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਦਿਨਾਂ ਤੋਂ ਲਾਪਤਾ ਹੈ ਅਤੇ ਫਿਲਹਾਲ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਪਰ ਫਿਲਹਾਲ ਪੁਲਿਸ ਦੇ ਵੱਲੋਂ ਇਸ ਸੰਬੰਧੀ ਜੋ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਜੋ ਮਹਿਲਾ ਦੀ ਡੈੱਡ ਬੋਡੀ ਹੈ ਉਸਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ। ਇੱਕ ਦੋ ਰਾਤ ਨੂੰ ਮੇਰੇ ਕਮਰੇ 'ਚ ਰਿਹਾ ਉਹ ਅਤੇ ਉਸ ਤੋਂ ਬਾਅਦ ਉਹਦੇ ਮੈਂ ਮਤਲਬ ਪ੍ਰੂਫ ਵੀ ਮੰਗਦਾ ਰਿਹਾ, ਅੱਜ ਸਵੇਰੇ ਸ਼ਾਮ ਕਰਦਾ ਉਹ 3-4 ਦਿਨ ਤੋਂ ਫਰਾਰ ਹੀ ਹੈ ਇੱਕ ਤਰ੍ਹਾਂ। ਹਾਂਜੀ, ਫਿਰ ਦੁਪਹਿਰੇ ਕਿਰਾਏਦਾਰ ਨੇ ਦੱਸਿਆ ਸਮੈਲ ਆਉਂਦੀ ਹੈ ਕਿ ਕਹਿੰਦਾ ਉਸ ਨੇ ਰਹਿਣਾ ਨਹੀਂ ਹੈ ਅਤੇ ਫਿਰ ਮੈਂ ਕਿਹਾ ਤਾਲਾ ਤੋੜ ਕੇ ਦੇਖੋ ਤਾਂ ਦੇਖਿਆ ਤਾਂ ਫਿਰ ਅੰਦਰ ਬੋਡੀ। ਕਿੰਨੇ ਕਾਹਦਾ ਕੰਮ ਕਰਦਾ ਸੀ? ਉਹ ਦਿਹਾੜੀ ਕਰਦਾ ਸੀ ਲੇਬਰ। ਅੱਛਾ, ਠੀਕ ਹੈ ਠੀਕ। ਆਏ ਸੀ ਕਹਿੰਦੇ 6 ਤਰੀਕ ਨੂੰ, ਇਹਨਾਂ ਨੇ ਮਤਲਬ ਆਧਾਰ ਕਾਰਡ ਨਹੀਂ ਲਿਆ ਹੈਗਾ ਉਹਨਾਂ ਦਾ ਅਤੇ ਮੋਬਾਈਲ ਨੰਬਰ ਹੈਗਾ ਸੀ ਅਤੇ ਜਦੋਂ ਇਹਨੇ ਮੈਂ ਦੇਖਿਆ ਸਮੈਲ ਬਹੁਤ ਆ ਰਹੀ ਤਾਂ ਇਹਨਾਂ ਨੇ ਲੋਕ ਤੋੜਿਆ ਅਤੇ ਦੇਖਿਆ ਇੱਕ ਡੈੱਡ ਬੋਡੀ ਜਿਹੜੀ ਹੈਗੀ ਲੇਡੀਜ਼ ਦੀ ਪਈ ਹੈ। ਬਾਕੀ ਖਰੇ ਫਿੰਗਰ ਪ੍ਰਿੰਟ ਟੀਮ ਵੀ ਐਕਸਪਰਟਸ ਅਤੇ ਜਿਹੜੀ ਐਫ ਐਸ ਐਲ ਟੀਮ ਆ ਬੁਲਾ ਕੇ ਨੈਕਸਟ ਜਿਹੜੀ ਉਹ ਸਰ ਇਨਵੈਸਟੀਗੇਸ਼ਨ ਲਿਆਉਂਦੀ ਜਾਊ। ਆਪ ਜੀ ਨੂੰ ਸੂਚਨਾ ਲੋਕਾਂ ਨੇ ਦਿੱਤੀ? ਮੈਨੂੰ ਹਾਂਜੀ, ਇਹਦੇ ਜਿਹੜੇ ਕਿਰਾਏ ਦਾ ਮਕਾਨ ਮਾਲਕ ਨੇ ਉਹਨੇ ਦਿੱਤੀ ਹੈ ਜੀ। ਇਹ ਸਾਰੀ ਇਨਫੋਰਮੇਸ਼ਨ ਮਿਲੀ ਸੀ ਮੈਨੂੰ ਐਸ ਐਚ ਓ ਸਾਹਿਬ ਵੱਲੋਂ ਵੀ ਇੱਕ ਮਕਾਨ ਰਾਜਨਗਰ ਦੇ ਵਿੱਚ ਕੋਈ ਡੈੱਡ ਬੋਡੀ ਪਈ ਹੈ, ਗੁਆਂਢ 'ਚ ਬਦਬੂ ਆ ਰਹੀ ਉਹਨਾਂ ਦੀ ਅਤੇ ਉਹ ਅਸੀਂ ਚੈੱਕ ਕੀਤਾ, ਕੋਈ ਔਰਤ ਨੇ ਕਰੀਬ 40 ਸਾਲ ਤੋਂ ਅਬਵ 40 ਲੱਗਦੇ ਨੇ ਅਤੇ ਉਹਨਾਂ ਦੇ ਵਾਰਸਾਂ ਦਾ ਪਤਾ ਕਰਕੇ ਮਕਾਨ ਮਾਲਕ ਤੋਂ ਲੈ ਰਹੇ ਇਨਫੋਰਮੇਸ਼ਨ ਆਪਾਂ ਬੋਡੀ 'ਚ ਕਹਾਉਂਦੇ ਹਾਂ ਅਤੇ ਟੀਮ ਬੁਲਾ ਲਈ ਆਪਾਂ ਫਿੰਗਰਪ੍ਰਿੰਟ ਡੋਗ ਫੋਰੈਂਸਿਕ ਦੀ ਜਾਂਚ ਕਰਾ ਕੇ ਬੋਡੀ ਹੋਸਪਿਟਲ ਖੜ੍ਹਦੇ ਹਾਂ, ਪੋਸਟਮਾਰਟਮ ਕਰਾਵਾਂਗੇ ਆਪਣਾ ਉਹਨਾਂ ਦੇ ਜਿਹੜੇ ਮਕਾਨ ਮਾਲਕ ਨੇ ਇਹ ਵਾਰਸ ਨੇ ਜਿਹੜੇ ਉਹਨਾਂ ਦੀ ਸਟੇਟਮੈਂਟ ਲੈ ਕੇ ਔਰ ਪੋਸਟਮਾਰਟਮ 'ਚ ਕੀ ਆਉਂਦਾ ਉੱਦਾਂ ਕਾਰਵਾਈ ਕੀਤੀ ਜਾਏ। ਕਿਰਾਏਦਾਰ ਨੇ ਜੀ? ਨਹੀਂ ਜੀ, ਲੈ ਜਾਵਾਂਗੇ ਹੁਣੇ, ਬਸ ਜਾਂਚ ਕਰਾ ਕੇ ਬੋਡੀ ਲੈ ਜਾ ਰਹੇ ਹਾਂ, ਜਾਂਚ ਕਰਾਵਾਂਗੇ। ਹਾਂਜੀ, ਕਿਰਾਏਦਾਰ ਇਹ ਜੀ, ਇਹਨਾਂ ਨੂੰ ਹਫ਼ਤਾ ਕੀ ਹੋਇਆ, ਮਾਲਕ ਸਿਕੰਦਰ ਕੁਮਾਰ ਨੇ, ਇੱਥੋਂ ਦੇ ਰਹਿਣ ਵਾਲੇ ਨੇ, ਦੁਕਾਨ ਕਰਦੇ ਨੇ, 40 ਸਾਲ ਦੇ ਨੇ, ਮੇਰੇ ਨਾਲ ਹੀ ਖੜ੍ਹੇ ਆ। ਇਹਨਾਂ ਨੇ ਮਕਾਨ ਦਿੱਤਾ ਕਿਰਾਏ 'ਤੇ, ਇਹਨਾਂ ਤੋਂ ਲੈ ਰਹੇ ਇਨਫੋਰਮੇਸ਼ਨ ਪ੍ਰੂਫ, ਆਧਾਰ ਕਾਰਡ ਆਪਾਂ ਲੈ ਰਹੇ ਹਾਂ ਅਤੇ ਕੰਟੈਕਟ ਕਰਦੇ ਹਾਂ ਉਹਨਾਂ ਦੀ ਫੈਮਿਲੀ ਦੇ ਨਾਲ। ਥੈਂਕ ਯੂ। ਬੋਡੀ ਸਰ ਜਿਵੇਂ ਬਲੱਡ ਵਗੈਰਾ ਜਿੱਦਾਂ ਹੋ ਕੇ ਪਾਣੀ ਵਗਿਆ, ਪੁਰਾਣੀ ਲੱਗਦੀ ਹੈ ਬੋਡੀ, ਬਾਕੀ ਪੋਸਟਮਾਰਟਮ 'ਚ ਆ ਜਾਏਗਾ ਸਰ, ਡਾਕਟਰ ਸਾਹਿਬ ਦੱਸਣਗੇ। ਨਹੀਂ ਕੋਈ ਇਹੋ ਜਿਹੀ ਗੱਲ ਹੈ ਤਾਂ ਪੋਸਟਮਾਰਟਮ 'ਚ ਡਾਕਟਰ ਸਾਹਿਬ ਦੱਸਣਗੇ।